लुधियाना सिटी अज क्लब बर्बन ब्रॉडवे मल्हार रोड लुधियाना विखे अमरिंदर बॉबी जी का नवा सिंगल ट्रैक अर्ज जोश म्यूजिक कंपनी वालों रिलीज़ किया गया। इस वेले जोश म्यूजिक कंपनी के डायरैक्टर श्री दर्शन सिंह पनेंसर, अमरिंदर बॉबी गायक अमप्रीत कौर, गायक इंदर ढिल्लों, जोत सिद्धू आदि शामिल हुए। ਸਰ ਤੁਸੀਂ ਨਾ ਉੱਥੇ ਇੱਕ ਬਰੀਫ ਕਰ ਦਿਓ ਥੋੜਾ ਜਿਹਾ ਨਾ ਗੱਲ ਮੈਂ ਥੋੜਾ ਉੱਥੇ ਕਰਕੇ ਬਰੀਫ ਕਰ ਦਿਓ ਬਾਈਕ ਇੱਕ ਨਾ ਵੀਡੀਓ ਦੀ ਬਾਈਕ ਹਾਂ ਮੈਂ ਮਿਊਜ਼ਿਕ ਬੰਦ ਕਰੀਓ ਇਧਰ ਇੱਕ ਦਮ ਇੱਕ ਦਮ ਇੱਕ ਦਮ ਗਾਣਾ ਪਸੰਦ ਆਇਆ ਔਰ ਕੱਲ ਯੂਟਿਊਬ ਤੇ ਗਾਣਾ ਰਿਲੀਜ਼ ਹੋ ਚੁੱਕਾ ਜੀ ਆਪਣਾ ਅਰਜ਼ ਗਾਣਾ ਔਰ ਅਰਜ਼ ਗਾਣੇ ਦੇ ਬਹੁਤ ਅੱਛੇ ਵਿਊਜ਼ ਵੀ ਆ ਰਹੇ ਨੇ ਔਰ ਬੜੀ ਪੋਜ਼ਿਟਿਵ ਰਿਪੋਰਟ ਆ ਰਹੀ ਹੈ ਜੀ ਗਾਣਾ ਉਹਦੇ ਤੁਸੀਂ ਬੋਲ ਸੁਣੋਗੇ ਬਹੁਤ ਅੱਛੇ ਬੋਲ ਨੇ ਅੰਗਰੇਜ਼ ਬ੍ਰਿਜ ਦਾ ਲਿਖਿਆ ਹੋਇਆ ਔਰ ਇਹਦਾ ਮਿਊਜ਼ਿਕ ਦੇਸੀ ਹੇਕ ਵੱਲੋਂ ਹੈ ਜੀ ਔਰ ਇਹ ਰਿਲੀਜ਼ ਕੀਤਾ ਜੀ ਜੋਸ਼ ਮਿਊਜ਼ਿਕ ਨੇ ਭਾਅ ਜੀ ਨੇ ਖੜੇ ਨੇ ਮੇਰੇ ਨਾਲ ਸੋ ਹਾਂਜੀ ਮੈਂ ਗੀਤ ਦੇ ਬੋਲ ਵੀ ਸੁਣਾਉਣਾ ਜੀ ਉੱਚਾ ਉੱਠਣ ਨਾ ਦੇਵੀ ਥੱਲੇ ਟਿਕਣ ਨਾ ਦੇਵੀ ਉੱਚਾ ਉੱਠਣ ਨਾ ਦੇਵੀ ਤੇ ਥੱਲੇ ਟਿਕਣ ਨਾ ਦੇਵੀ ਮੇਰੀ ਜ਼ਿੰਦਗੀ ਐਸੀ ਕਰਦੇ ਜਾਨ ਤੇਰੇ ਕਦਮਾਂ ਵਿੱਚ ਰਹਿ ਜੇ ਇੰਨੀ ਮਿਹਰ ਕਰੀ ਦਾਤਾ ਕਦੇ ਕਿਤੇ ਹੱਥ ਅੱਡਣਾ ਨਾ ਪੈ ਜੇ ਇੰਨੀ ਮਿਹਰ ਕਰੀ ਸਾਈਆਂ ਕਦੇ ਕਿਤੇ ਹੱਥ ਅੱਡਣਾ ਨਾ ਪੈ ਜੇ ਸੋ ਬਹੁਤ ਬਹੁਤ ਪਿਆਰ ਸਤਿਕਾਰ ਜੀ ਬਸ ਵੱਧ ਤੋਂ ਵੱਧ ਸ਼ੇਅਰ ਕਰੋ ਗਾਣੇ ਨੂੰ ਸੁਣੋ ਲਿਰਿਕਸ ਅੱਛੇ ਸੁਣੋ ਅੱਛੇ ਗੀਤ ਸੁਣੋ ਬਸ ਇੰਨਾ ਕੁ ਮੇਰਾ ਮੈਸੇਜ ਹੈ ਜੀ ਪਲੀਜ਼ ਕਿਰਪਾ ਕਰ ਵੀ ਬਹੁਤ ਵਧੀਆ ਗੀਤ ਲੈ ਕੇ ਆਏ ਜੀ ਅਰਜ਼ ਗੀਤ ਔਰ ਇਹ ਗੀਤ ਪਰਿਵਾਰਿਕ ਸੌਂਗ ਹੈ ਜੀ ਇਹਦੇ 'ਚ ਤੁਸੀਂ ਇਹਦੇ ਲਿਰਿਕਸ ਸੁਣੋਗੇ ਇਹਦੇ ਲਿਰਿਕਸ ਬਿਲਕੁਲ ਡਿਫਰੈਂਟ ਨੇ ਜੋ ਹੋਰ ਅੱਜ ਕੱਲ੍ਹ ਗੀਤ ਚੱਲ ਰਹੇ ਨੇ ਉਹਨਾਂ ਤੋਂ ਥੋੜ੍ਹਾ ਅਲੱਗ ਹੈ ਹਟ ਕੇ ਹੈ ਜੀ ਔਰ ਇਹ ਗੀਤ ਨੂੰ ਜੋਸ਼ ਮਿਊਜ਼ਿਕ ਕੰਪਨੀ ਨੇ ਰਿਲੀਜ਼ ਕਰਿਆ ਜੀ ਔਰ ਇਹਦਾ ਮਿਊਜ਼ਿਕ ਦੇਸੀ ਹੇਕ ਵੱਲੋਂ ਹੈ ਇਹਦਾ ਵੀਡੀਓ ਬਲਿਹਾਰ ਸ਼ੇਰਗਿੱਲ ਜੀ ਦਾ ਹੈ ਔਰ ਲਿਖਿਆ ਅੰਗਰੇਜ਼ ਵਿਰਕ ਜੀ ਨੇ ਜੀ ਗਾਣੇ ਦੇ ਬੋਲ ਮੈਂ ਤੁਹਾਨੂੰ ਸੁਣਾ ਦਿੰਦਾ ਜੀ ਉੱਚਾ ਉੱਡਣ ਨਾ ਦੇਵੀ ਥੱਲੇ ਡਿੱਗਣ ਨਾ ਦੇਵੀ ਉੱਚਾ ਉੱਡਣ ਨਾ ਦੇਵੀ ਤੇ ਥੱਲੇ ਡਿੱਗਣ ਨਾ ਦੇਵੀ ਮੇਰੀ ਜ਼ਿੰਦਗੀ ਐਸੀ ਕਰਦੇ ਜਾਨ ਤੇਰੇ ਕਦਮਾਂ ਵਿੱਚ ਰਹਿ ਜੇ ਇੰਨੀ ਮਿਹਰ ਕਰੀ ਦਾਤਾ ਕਦੇ ਕਿਤੇ ਹੱਥ ਅੱਡਣਾ ਨਾ ਪੈ ਜੇ ਇੰਨੀ ਮਿਹਰ ਕਰੀ ਸਾਈਆਂ ਕਦੇ ਕਿਤੇ ਹੱਥ ਅੱਡਣਾ ਨਾ ਪੈ ਜੇ ਸੋ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਇਹ ਸਿੰਗਲ ਟਰੈਕ ਨੂੰ ਜ਼ਰੂਰ ਸੁਣਨਾ ਜੀ ਅਰਜ਼ ਗੀਤ ਬਹੁਤ ਬਹੁਤ ਪਿਆਰ ਸਤਿਕਾਰ ਜੀ ਅੱਜ ਜੋਸ਼ ਮਿਊਜ਼ਿਕ ਵੱਲੋਂ ਅਰਜ਼ ਨਾਮ ਦੇ ਅਮਰਿੰਦਰ ਬੋਬੀ ਜੀ ਦਾ ਸੌਂਗ ਰਿਲੀਜ਼ ਕੀਤਾ ਗਿਆ ਹੈ ਇਹ ਅਜਿਹਾ ਸੌਂਗ ਆ ਜਿਹੜਾ ਸਮਾਜ ਨੂੰ ਸੇਧ ਦੇਣ ਵਾਲਾ ਸੌਂਗ ਆ ਅੱਜ ਕੱਲ੍ਹ ਜਿਸ ਤਰ੍ਹਾਂ ਦੇ ਸੌਂਗਸ ਆ ਰਹੇ ਉਹ ਕੈਟਾਗਰੀ ਨੂੰ ਛੱਡ ਕੇ ਇੱਕ ਅਜਿਹੇ ਸੌਂਗ ਇਹਦੇ ਵਿੱਚ ਲਿਰਿਕਸ ਅੰਗਰੇਜ਼ ਜੀ ਨੇ ਲਿਖੇ ਨੇ ਔਰ ਲਿਰਿਕਸ ਬਾਖੂਬ ਤੁਸੀਂ ਸੁਣੇ ਹੀ ਹੈ ਪਹਿਲਾਂ ਕਿ ਬਾਖੂਬ ਲਿਖੇ ਨੇ ਔਰ ਜਿਹੜੇ ਕਿ ਇਹੋ ਜਿਹੇ ਸੌਂਗ ਇਹ ਹੈ ਕਿ ਜਿਵੇਂ ਕੁੰਭ ਦਾ ਮੇਲਾ ਹੁੰਦਾ ਨਾ 10 ਸਾਲ ਬਾਅਦ ਇਹੋ ਜਿਹੇ ਕੋਈ ਲਿਰਿਕਸ ਨਿਕਲਦੇ ਇਸ ਤਰ੍ਹਾਂ ਦੇ ਲਿਰਿਕਸ ਮਿਲੇ ਨੇ ਔਰ ਮੈਨੂੰ ਉਮੀਦ ਹੈ ਕਿ ਇਹ ਸੌਂਗ ਦਿਲਾਂ ਦੀਆਂ ਗਹਿਰਾਈਆਂ ਨੂੰ ਪੰਜਾਬੀਆਂ ਦੀ ਨੂੰ ਛੂਏਗਾ ਅਤੇ ਤੁਸੀਂ ਸਾਰੇ ਜਿਵੇਂ ਬਣਦਾ ਸਤਿਕਾਰ ਇਹਨਾਂ ਨੂੰ ਪਹਿਲਾਂ ਵੀ ਦਿੱਤਾ ਆ ਅਤੇ ਹੁਣ ਵੀ ਦਿੰਦੇ ਰਹੋਗੇ ਅਤੇ ਜੋਸ਼ ਮਿਊਜ਼ਿਕ ਨੂੰ ਸਬਸਕ੍ਰਾਈਬ ਕਰਿਓ ਗਾਣੇ ਨੂੰ ਸ਼ੇਅਰ ਕਰਿਓ ਅਤੇ ਵਧੀਆ ਸੁਣਿਓ ਅਤੇ ਵਧੀਆ ਧੰਨਵਾਦ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਸਿੱਧੂ ਪ੍ਰੋਡਕਸ਼ਨ ਵੱਲੋਂ ਅਤੇ ਅੱਜ ਅਸੀਂ ਗਾਣਾ ਰਿਲੀਜ਼ ਕੀਤਾ ਜੀ ਅਮਰਿੰਦਰ ਬੋਬੀ ਜੀ ਦਾ ਅਰਜ਼ ਬਹੁਤ ਵਧੀਆ ਗਾਣਾ ਸਾਰਿਆਂ ਨੇ ਜ਼ਰੂਰ ਸੁਣਨਾ ਬਹੁਤ ਕੁਝ ਸਿੱਖਣ ਨੂੰ ਮਿਲਣਾ ਜੀ ਆ ਗਾਣੇ ਤੋਂ ਬਰਬਨ ਬ੍ਰੌਡਵੇ ਕਲੱਬ ਦੇ ਵਿੱਚ ਅਸੀਂ ਇਹਦੀ ਪ੍ਰੈਸ ਕਾਨਫਰੰਸ ਰੱਖੀ ਆ ਅਤੇ ਸਾਰਿਆਂ ਨੇ ਸਾਥ ਦੇਣਾ ਯੂਟਿਊਬ ਦੇ ਉੱਤੇ ਚੈਨਲ ਸਬਸਕ੍ਰਾਈਬ ਕਰਨਾ ਜੋਸ਼ ਮਿਊਜ਼ਿਕ ਥੈਂਕ ਯੂ ਸੋ ਮਚ ਅਤੇ ਜੋਸ਼ ਮਿਊਜ਼ਿਕ ਦੇ ਓਨਰ ਡਾਇਰੈਕਟਰ ਸਰਦਾਰ ਦਰਸ਼ਨ ਸਿੰਘ ਪਨੇਸਰ ਜੀ ਨਾਲ ਇੱਕ ਵਾਰ ਗੱਲਬਾਤ ਕਰੋ ਪਲੀਜ਼ ਦੱਬ ਕੇ ਸ਼ੇਅਰ ਕਰੋ ਜੀ ਅਮਰਿੰਦਰ ਬਾਬੂ ਜੀ ਪਹਿਲਾਂ ਹੀ ਤੁਹਾਨੂੰ ਪਤਾ ਇੱਕ ਕਲਾਕਾਰ ਨੇ ਉਹਦਾ ਕਲਾਕਾਰ ਨੇ ਅਤੇ ਉਹਨਾਂ ਦੇ ਸੌਂਗ ਹਮੇਸ਼ਾ ਹੀ ਸਮਾਜ ਨੂੰ ਸਿੱਧਾ ਦਿੰਦੇ ਆਉਂਦੇ ਨੇ ਅਤੇ ਉਮੀਦ ਹੈ ਤੁਸੀਂ ਇਹਨੂੰ ਸ਼ੇਅਰ ਵੀ ਕਰੋਗੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਧੰਨਵਾਦ ਜੋਸ਼ ਮਿਊਜ਼ਿਕ ਕੰਪਨੀ ਦੇ ਡਾਇਰੈਕਟਰ ਸ਼੍ਰੀ ਦਰਸ਼ਨ ਸਿੰਘ ਪਨੈਂਸਰ ਜੀ ਨੇ ਦੱਸਿਆ ਕਿ ਇਹ ਟਰੈਕ ਦੇ ਲੇਖਕ ਅੰਗਰੇਜ਼ ਸਿੰਘ ਵਿਰਕ ਮਿਊਜ਼ਿਕ ਦੇਸੀ ਹੇਕ ਅਤੇ ਡਾਇਰੈਕਸ਼ਨ ਬਲਿਹਾਰ ਸ਼ੇਰਗਿਰ ਵੱਲੋਂ ਕੀਤੀ ਗਈ ਹੈ ਅਤੇ 30 ਦਸੰਬਰ 2018 ਰਾਤ 9 ਵਜੇ ਬਰਬਨ ਬ੍ਰੌਡਵੇ ਕਲੱਬ 'ਚ ਅਮਰਿੰਦਰ ਬੋਬੀ, ਗੌਰਵ ਨਾਗਪਾਲ, ਅਮਪ੍ਰੀਤ ਕੌਰ, ਇੰਦਰ ਢਿੱਲੋਂ ਲਾਈਵ ਪਰਫਾਰਮੈਂਸ ਦੇਣਗੇ।